ਮਠਿੰਡਾ ਸਰਹੰ ਨਹਿਰ ਨਜ਼ਦੀਕ ਫਰੂਟ ਲਗਾਉਣ ਵਾਲੇ ਆਪਸ ਦੇ ਵਿੱਚ ਪਿੜੇਗਾ ਕਾਨੂੰਨ ਲੈ ਕੇ ਹੋਈ ਲੜਾਈ ਲੜਾਈ ਦੇ ਦੌਰਾਨ ਇੱਕ ਮਹਿਲਾ ਜ਼ਖਮੀ ਜ਼ਖਮੀ ਮਹਿਲਾ ਨੂੰ ਮਠਿੰਡਾ ਦੇ ਸਵੈਲ ਹਸਪਤਾਲ ਦੇ ਵਿੱਚ ਕਰਵਾਇਆ ਪਰਤੀ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਹਮੇਸ਼ਰ ਦੇ ਵੇਰਕਾ ਦੇ ਵਿੱਚ ਸਰਕਾਰੀ ਡਾਕਟਰ ਨੇ ਕੀਤੀ ਆਤਮ ਹੱਤਿਆ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਨੀਲਾ ਸਮਾਪਤ ਡਾਕਟਰ ਕਮਿਊਨਿਟੀ ਹੈਲਥ ਸੈਂਟਰ ਦੇ ਗਾਈਨੀ ਵਿਭਾਗ ਦੇ ਵਿੱਚ ਕਰਦੀ ਸੀ ਕਮ ਸਪਨਾ ਦੇ ਦੋ ਬੱਚੇ ਪਤੀ ਦੀ 7 ਮਹੀਨੇ ਪਹਿਲਾਂ ਹੋ ਚੁੱਕੀ ਹੈ ਬਹੁਤ ਅਮਰੂਸਾ ਸੀਆਈਐਸ ਸਟਾਫ ਦੋਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਾਰਵਾਈ ਦੇ ਦੌਰਾਨ ਇੱਕ ਪਿਸਟਲ ਬੱਤੀਬੋਰ 4 ਰੌਂਦ ਬੱਤੀਬੋਰ ਇੱਕ ਮੋਟਰਸਾਈਕਲ ਸਮੇਤ ਦੋ ਦੇਸ਼ੀ ਕਾਬੂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ ਦੋ ਦਿਨ ਦੇ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਅਮੇਰਸਰ ਦੇ थानाਗੇ ਘੱਗੀਮਾ ਇਲਾਕੇ ਦੇ ਵਿੱਚ ਦੋ ਚੋਰਾਂ ਦੇ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਆਟੋ ਮਾਲਕ ਦੇ ਖੁੱਦ ਚੋਰ ਨੂੰ ਕੀਤਾ ਟ੍ਰੈਸਟਰ ਚੋਰੀ ਦੀ ਸਨਅਤ ਕਰਨ ਤੋਂ ਬਾਅਦ ਚੋਰ ਨੇ ਕਾਬੂ ਕੀਤਾ ਗਿਆ ਚੋਰ ਨੇ ਚੋਰੀ ਕੀਤਾ ਆਟੋ ਕਬਾੜੀ ਨੂੰ ਵੇਚਿਆ ਪਾਕਿਸਤਾਨ ਸਰਹੱਦ ਦੇ ਖੇਤਾਂ ਦੇ ਵਿੱਚ ਦੋ ਪਾਕਿਸਤਾਨੀ ਡਰੋਨ ਬਰਾਮਦ ਅਮਰਸਰ ਦੇ ਪੈਂਡਰਠਲਗੜ ਦੇ ਪੈਂਡਰ ਨਿਸ਼ਟਾ ਦੇ ਖੇਤਾ ਦੇ ਹੋਈ ਬਰਾਮਦ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ ਹੋਲੀ ਦੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਬਾਜ਼ਾਰਤ ਵਿੱਚ ਰੌਣਕ ਬਜ਼ਾਰਾ ਚ ਹਰਪਲ ਰੰਗ ਤੇ ਨਵੀਆਂ ਅੱਖ ਪੇਚਕਾਰੀਆਂ ਬਣੀਆਂ ਖਿੱਚ ਦਾ ਕੇਂਦਰ ਦੁਕਾਨਦਾਰਾਂ ਦੇ ਵੱਲੋਂ ਤਿਉਹਾਰ ਪਿਆਰ ਦੇ ਨਾਲ ਮਨਾਉਣ ਦੀ ਅਪੀਲ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼੍ਰੀਮੁਖਤਸ ਸਾਹਿਬ ਜ਼ਿਲ੍ਹੇ ਦੇ ਵਿੱਚ ਅਫੀਮ ਦੀ ਖੇਤੀ ਪਿੰਡ ਬਾਦੀਆਂ ਦੇ ਕੋਟ ਪਾਇਦਾ ਇਹ ਮਾਮਲਾ ਖੇਤੀ ਕਰਨ ਵਾਲਿਆਂ ਤੇ ਪੁਲਿਸ ਦੇ ਸਿਕੰਜਾ ਔਰਤ ਮੁਤਾਬਕ ਖੇਤੀ ਸਿਰਫ ਦਵਾਈ ਕਰਕੇ ਕੀਤੀ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਪੁਲਿਸ ਰਿਮਾਨਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਲੋਕ ਸਭਾ ਚੋਣਾਂ ਦੇ ਵਿੱਚ ਅਪਰਾਧ ਰੋਕਣ ਦੇ ਲਈ ਅੰਤਰਰਾਜੀ ਤਾਲਮੇਲ ਬੈਠਕ ਫਜ਼ਿਲਕਾ ਦੇ ਸ਼੍ਰੀ ਰੰਗਾ ਨਗਰ ਡੀਸੀਜ਼ ਵਿੱਚ ਕਰ ਹੋਈ ਬੈਠਕ ਨਸ਼ੇ ਦੇ ਤਾਨਵਾਲ ਦੀ ਗੂੰਜੀ ਸੂਬਿਆਂ ਦੇ ਵਿੱਚ ਆਵਾਜ਼ ਆਈ ਤੇ ਰੋਕ ਪੁਲਿਸ ਕਰ ਰਹੀ ਹੈ ਆਪਕਾਰੀ ਪੁਲਿਸ ਤੇ ਆਪਕਾਰੀ ਵਿਭਾਗ ਅਧਿਕਾਰੀ ਵੀ ਰਹੇ ਹਾਜ਼ਰ ਪਟਿਆਲਾ ਚ ਸਵਾਰੀਆਂ ਦੇ ਨਾਲ ਪਰੀ ਪੀਆ ਟੀਸੀ ਦੀ ਬੱਸ ਪਲਟੀ ਘਟਨਾ ਪਟਿਆਲਾ ਨਵਾਂ ਬੱਸ ਸਟੈਂਡ ਦੀ ਹੈ ਜਾਣਕਾਰੀ ਦੇ ਮੁਤਾਬਕ ਜਾਣੀ ਨੁਕਸਾਨ ਤੋਂ ਰਿਹਾ ਬਚਾ ਕੁਝ ਸਵਾਰੀਆਂ ਨੂੰ ਲੱਗੀ ਮਾਮੂਲੀ ਸੱਟਾ ਬੱਸ ਸਿਮਲਾ ਤੋਂ ਬਰਨਾਲਾ ਜਾ ਰਹੀ ਸੀ ਹੌਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਦਲਿਆ ਮੌਸਮ ਅਗਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਰਹੇਂਦੀ ਸੰਕਤ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਦਿੱਲੀ ਐਨਸੀਆਰ ਦੇ ਵਿੱਚ ਹੌਲੀ ਤੇ ਮੌਸਮ ਖੁਸ਼ਕ ਤੇ ਗਰਮ ਰਹੇਂਦੀ ਸੰਭਾਵਨਾ